ਬਾਹਰ ਬਾਹਰ ਲੜਾਈ ਹੁੰਦੀ ਹੈ, ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ। ਤਕਰੀਬਨ 3 ਘੰਟੇ ਹੋ ਗਏ ਨੇ ਮੈਨੂੰ ਬਾਹਰ ਬੈਠੇ ਨੂੰ, ਜ਼ਲੀਲ ਹੋ ਗਿਆ ਮੈਂ ਬਾਹਰ ਬਹਿ ਕੇ। ਬਾਹਰ ਯਾਨੀ ਕਿ ਮੈਂ ਬਾਹਰ ਦੇ ਮੁਲਕ ਆਇਆ, ਕੰਮ ਤੇ ਲਿਆਂਦਾ ਇਹਨਾਂ ਨਵੀਂ ਜਗ੍ਹਾ ਤੋਂ ਪੱਟ ਕੇ, ਇੱਥੇ ਲਵਾਉਣ ਲੱਗੇ ਨੇ। ਤਕਰੀਬਨ ਕੋਈ 3 ਘੰਟੇ ਹੋ ਚੱਲੇ, ਮੈਂ ਜ਼ਲੀਲ ਹੋ ਗਿਆ ਮੈਂ, ਇੱਥੇ ਕੋਈ ਫਾਇਦਾ ਨਹੀਂ ਆਇਆ। ਥੋੜੀ ਦੇਰ ਬਾਅਦ ਇੱਥੇ ਧੁੱਪ ਆ ਜਾਣੀ, ਉੱਥੇ ਵੀ ਜ਼ਲੀਲ ਹੋਵਾਂਗੇ। ਥੋੜੀ ਜਿਹੀ ਛਾਂ ਹੈਗੀ ਹਜੇ, ਦੀਵਾਰ ਦਾ ਆਸਰਾ ਏ, ਮੈਦਾਨ ਸਾਰ ਕੋਈ ਪਤਾ ਨਹੀਂ। ਦਿਲ ਕਰੇ ਤੇ ਸਾਰੀ ਦਿਹਾੜੀ ਇੱਥੇ ਲੰਘ ਜਾਏ, ਜਿਹਨੂੰ ਜ਼ਲੀਲ ਕਹਿੰਦੇ ਨੇ ਫਿਰ ਸਹੀ ਜ਼ਲੀਲ ਹੋਵਾਂਗੇ। ਇਹ ਸਾਡੇ ਪਰਦੇਸੀਆਂ ਦਾ ਹਾਲ ਹੈ। ਕਰਨੀ ਤੁਸੀਂ ਆਪਣੀ ਮਰਜ਼ੀ ਹੈ। ਤੁਹਾਨੂੰ ਵੀ ਬੜਿਆਂ ਨੇ ਕਿਹਾ ਸੀ ਕਿ ਬਾਹਰ ਨਾ ਆਓ, ਕੋਈ ਫਾਇਦਾ ਨਹੀਂ ਆਇਆ। ਅਸੀਂ ਕਿਹਾ ਨਹੀਂ, ਤੁਸੀਂ ਪੈਸੇ ਕਮਾ ਰਹੇ ਹੋ ਅਤੇ ਅਸੀਂ ਕਿਉਂ ਪਿੱਛੇ ਰਹੀਏ। ਬੜੇ ਪੈਸੇ ਕਮਾ ਲੈਣੇ ਅਸੀਂ, ਥੈਲੇ ਨਹੀਂ ਸਾਂਭੇ ਜਾਂਦੇ ਸਾਡੇ ਕੋਲ ਪੈਸੇ ਵਾਲੇ। ਸੁਭਾਅ ਦਾ ਬੈਠਾ, ਚਲੋ ਵੇਹਨੇ ਅੱਗੇ ਕੀ ਹੁੰਦਾ। ਜ਼ਿੰਦਗੀ ਹੋਰ ਕਿੰਨਾ ਕੁ ਤੰਗ ਕਰਦੀ ਹੈ। ਕੀ ਸੂਰਤ ਹਾਲ ਹੋਏਗੀ ਅੱਜ ਇੱਥੇ ਰੂਮ 'ਚ ਅਸੀਂ ਇਕੱਠੇ ਨਿਕਲੇ ਸਾਂ, ਬੰਦੇ ਫਿਰ ਆਟੋ ਪਾਟ ਹੋ ਗਏ ਨੇ। ਲਾਉਂਦੇ ਹਾਂ ਹਿਸਾਬ ਕੋਈ। ਕੋਈ ਨੀ, ਆਇਓ ਤੁਸੀਂ ਵੀ ਬਾਹਰ। ਬਾਹਰਲੇ ਡੀਕਣਦੇ ਨੇ, ਤੁਸੀਂ ਆਉਣਾ ਤੇ ਕੰਮ ਚੱਲਣਾ ਉਹਨਾਂ ਦਾ, ਤੁਹਾਡੇ ਬਗੈਰ ਉਹਨਾਂ ਦਾ ਕੰਮ ਨਹੀਂ ਤੇ ਚੱਲਣਾ। ਆਇਓ ਦਵਾ ਦਾ ਅਸੀਂ ਪੰਜਾਬ ਦੇ ਜਾਏ ਅਸੀਂ।